ਇਸ ਬਾਬੇ ਦਾ ਵੀ ਇਹ ਸਾਰਾ ਮਾਮਲਾ ਸ਼ੈਤਾਨ ਦੀ ਅੰਦਰ ਵਰਗਾ ਜਿਹੜਾ ਲੰਮਾ ਹੋਈ ਜਾਂਦਾ, ਇੱਕ ਹਫ਼ਤਾ ਹੋ ਗਿਆ ਤੱਕ ਚੱਲੀ ਜਾਂਦਾ, ਅਜੇ ਪਤਾ ਨੀ ਕਿੰਨੇ ਦਿਨ ਹੋਰ ਚੱਲਣਾ ਜੀ। ਇਹਦੇ ਚ ਇੱਕ ਤਾਂ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਹਰਿਆਣੇ ਦੀ ਸਰਕਾਰ ਅਜੇ ਤੱਕ ਵੀ ਲਿਹਾਜ਼ ਉਹਦਾ ਕਰਨ ਨੂੰ ਬੰਦ ਨਹੀਂ ਕਰ ਰਹੀ। ਇੱਥੇ ਕੋਈ ਟੁੱਟਾ ਭੱਜਾ ਛੋਟਾ ਮੋਟਾ ਕ੍ਰਿਮੀਨਲ ਹੋਵੇ ਉਹਨੂੰ ਫੜਿਆ ਜਾਵੇ ਜੀ, ਉਹਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ। ਇਸ ਬਾਬੇ ਦੇ ਨਾ ਡੇਰੇ ਦੀ ਨਾ ਘਰ ਦੀ ਕੋਈ ਤਲਾਸ਼ੀ ਨਹੀਂ ਲਏਗੇ। ਫੌਜ ਘੇਰਾ ਪਾ ਕੇ ਬੈਠੀ ਹੈ ਜਿਹੜੀ ਫੌਜ ਦਾ ਕੰਮ ਬਾਰਡਰਾਂ ਤੇ ਲੜਨਾ ਜੀ। BSF ਲੱਗੀ ਹੈ ਜਿਹੜੀ ਬਾਰਡਰ ਦੀ ਰਾਖੀ ਕਰਨ ਵਾਲੀ ਹੈ, ਪਰ ਡੇਰੇ ਦੇ ਘੇਰੇ ਘੇਰੀ ਹੈ, ਅੰਦਰ ਨਹੀਂ ਜਾ ਰਹੀ। ਇੰਨੇ ਦਿਨ ਇਸ ਕਰਕੇ ਦੇ ਦਿੱਤੇ ਆ ਕਿ ਤੁਹਾਡੇ ਕੋਲ ਕੋਈ ਮਾੜਾ ਚੰਗਾ ਸਮਾਨ ਹੈਗਾ ਤੇ ਉਹਨੂੰ ਇਧਰ ਉਧਰ ਕਰ ਦਿਓ ਜਾਂ ਸਾੜ ਫੂਕ ਦਿਓ ਤਾਂ ਕਿ ਮੁੱਦਾ ਨਾ ਲੱਭੇ। ਕਾਹਦੇ ਵਾਸਤੇ ਇੰਨਾ ਟਾਈਮ ਤੱਕ ਜੀ। ਦੂਸਰੀ ਗੱਲ ਇਹ ਚਰਚਾ ਦਾ ਵਿਸ਼ਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਹਿੰਦੇ ਜੀ ਤੁਸੀਂ ਮੇਰੀ ਇਹਦੇ ਵਿਚ ਸਟ੍ਰੈਟਜੀ ਵੇਖੋ ਕਿ ਬਾਬਾ ਡੇਰੇ ਚੋਂ ਨਿਕਲਣ ਨੂੰ ਤਿਆਰ ਨਹੀਂ ਸੀ। ਕਹਿੰਦੇ ਸੀ 400 ਗੱਡੀਆਂ ਦਾ ਕਾਫਲਾ ਆਉਣਾ, ਮੈਂ ਆਖਿਆ ਤੁਸੀਂ 800 ਲੈ ਆਓ, ਸਾਨੂੰ ਕੋਈ ਇਤਰਾਜ ਹੈ। ਮਕਸਦ ਸੀ ਕਿ ਇੱਕ ਵਾਰੀ ਬਾਹਰ ਨਿਕਲੇ ਤੇ ਕਾਨੂੰਨ ਦੇ ਕਟਹਿਰੇ ਚ ਪੇਸ਼ ਹੋਵੇ, ਮੈਂ ਤਾਂ ਉਹਨੂੰ ਲੈ ਆਂਦਾ, ਇਹ ਮੇਰੀ ਕਾਮਯਾਬੀ ਹੈ। ਉਹ ਕਾਮਯਾਬੀ ਨਹੀਂ ਲਿਆਂਦਾ ਤੇ ਲਿਹਾਜ਼ਦਾਰ ਨਹੀਂ ਸੀ। ਦੂਸਰੇ ਪਾਸੋਂ ਗੱਲ ਇਹ ਨਿਕਲਦੀ ਆ ਕਿ ਗੱਡੀਆਂ 800 ਹੋਣ ਜਾਂ 600 ਹੋਣ, ਉਥੋਂ ਦਾ ਕਾਫਲਾ ਐਡਾ ਵੱਡਾ ਹੈ ਜਿੱਡਾ ਪ੍ਰਧਾਨ ਮੰਤਰੀ ਦਾ ਵੀ ਕਾਫਲਾ ਨਹੀਂ ਹੁੰਦਾ ਤੇ ਰਾਸ਼ਟਰਪਤੀ ਦਾ ਨਹੀਂ ਹੁੰਦਾ ਜੀ। ਬਾਬੇ ਨੂੰ ਤੇ ਹੈਲੀਕਾਪਟਰ ਤੇ ਲੈ ਗਏ, ਸਰਕਾਰੀ ਗੱਡੀਆਂ ਸਾੜੀਆਂ ਫੂਕੀਆਂ ਗਈਆਂ, ਲੋਕਾਂ ਦੀਆਂ ਗੱਡੀਆਂ ਭੰਨੀਆਂ ਤੋੜੀਆਂ ਗਈਆਂ। ਉਹਨਾਂ 800 ਗੱਡੀਆਂ ਚੋਂ ਇੱਕ ਵੀ ਨਾ ਭੰਨੀ ਤੋੜੀ ਗਈ ਨਾ ਫੂਕੀ ਗਈ, ਉਹ 800 ਗੱਡੀਆਂ ਗਈਆਂ ਕਿੱਥੇ, ਲੱਭਦੀਆਂ ਹੀ ਨਹੀਂ ਗਈਆਂ। ਨੰਬਰ ਤਾਂ ਸਰਕਾਰ ਕੋਲ ਹੈਗੇ ਨੇ, ਵੀਡੀਓਗ੍ਰਾਫੀ ਕਰਾਈ ਹੈ, ਟੀਵੀ ਚੈਨਲਾਂ ਕੋਲ ਵੀ ਹੈ ਜੀ, ਇਹ ਲੱਭਣਾ ਚਾਹੀਦਾ। ਲੋਕਾਂ ਵਿਚ ਚਰਚਾ ਇਹ ਹੈ ਕਿ ਬਾਬੇ ਨੂੰ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਬਾਬਾ ਤੂੰ ਬਰੀ ਵੀ ਹੋ ਸਕਦਾ, ਪਰ ਬਹੁਤ ਸਾਰੀ ਸੰਭਾਵਨਾ ਇਹ ਹੈ ਕਿ ਤੈਨੂੰ ਸਜ਼ਾ ਵੀ ਹੋ ਸਕਦੀ ਹੈ। ਜੇ ਸਜ਼ਾ ਵੀ ਹੋ ਸਕਦੀ ਹੈ ਤੇ ਕੀ ਕਰਨਾ? ਬਾਬੇ ਨੇ ਪਲਾਨ ਨੰਬਰ 1, ਪਲਾਨ ਨੰਬਰ 2, ਪਲਾਨ ਨੰਬਰ 3 ABC ਕਈ ਪਲਾਨ ਬਣਾਏ ਸੀ। ਇੱਕ ਪਲਾਨ ਇਹ ਸੀ ਕਿ ਅੰਦਰੋਂ ਬਾਹਰ ਨਿਕਲਦਿਆਂ ਹੀ ਮੈਂ ਆਖੂਗਾ ਮੇਰਾ ਲਾਲ ਬੈਗ ਕਿੱਥੇ ਆ, ਤੁਸੀਂ ਲਾਲ ਬੈਗ ਫੜਾਓਗੇ ਤੇ ਬਾਹਰ ਇਸ਼ਾਰਾ ਚੱਲਜੂ ਕਿ ਲਾਲ ਬੈਗ ਦਾ ਮਤਲਬ ਲੜਾਈ ਆ, ਤੁਸੀਂ ਹਮਲਾ ਕਰ ਦਿਓ ਤੇ ਮੇਰੇ ਕਮਾਂਡੋ ਪੁਲਿਸ ਤੋਂ ਮੈਨੂੰ ਧੂ ਕੇ ਲੈ ਆਉਣ ਤੇ ਗੱਡੀਆਂ ਤਿਆਰ ਰੱਖੋ ਤੇ ਆਪਾਂ ਭੱਜਾਂਗੇ। ਇੱਕ ਵਾਰੀ 1 ਲੱਖ ਦੀ ਭੀੜ ਚ ਵੜ ਗਏ, ਮੁੜ ਕੇ ਸਾਨੂੰ ਫੜਕਾਉਣ ਲੋ। ਦੂਸਰਾ ਇਹ ਸੀ ਕਿ ਜੇ ਉਹ ਮੰਨ ਜਾਣ ਬਾਹਰ ਨਾ ਵੀ ਨਿਕਲ ਦੇਣ ਤੇ ਸਾਡੀ ਇੱਕ ਗੱਡੀ ਚ ਬੈਠ ਜਾਣ, ਅੱਗੇ ਪਿੱਛੇ ਉਹਨਾਂ ਦੇ ਕਮਾਂਡੋ ਵੀ ਹੋਣ ਤੇ ਰਾਹ ਚ ਜਾਂਦਿਆਂ ਨੈਸ਼ਨਲ ਹਾਈਵੇ ਤੋਂ ਕਿਸੇ ਵੀ ਥਾਂ ਤੋਂ ਫੁੱਲ ਸਪੀਡ ਤੇ ਜਾਂਦੇ ਕਾਫਲਿਆਂ ਚੋਂ ਸਾਡਾ ਡਰਾਈਵਰ ਅਚਾਨਕ ਕਿਸੇ ਲਿੰਕ ਰੋਡ ਤੇ ਮੋੜ ਕੇ ਭਜਾ ਲਏ ਤੇ ਸਰਕਾਰੀ ਗੱਡੀਆਂ ਨਾਲੋਂ ਇਸ ਗੱਡੀ ਦੀ ਸਪੀਡ ਵੱਧ ਜਾ ਤੇ ਜਿੰਨੇ ਚਿਰ ਨੂੰ ਉਹ ਗੱਡੀਆਂ ਆਉਣੀਆਂ ਆਪਣੀਆਂ ਗੱਡੀਆਂ ਵਿਚਾਲੇ ਲਾ ਕੇ ਰਸਤਾ ਬੰਦ ਕਰ ਦਿਓ ਤੇ ਬਾਹਰ ਦਾ ਬਾਹਰ ਲੈ ਕੇ ਨਿਕਲ ਜਾਓ। ਤੀਸਰਾ ਪਲਾਨ ਇਹ ਸੀ ਕਿ ਜੇ ਦੋਵੇਂ ਗੱਲਾਂ ਕਾਮਯਾਬ ਨਹੀਂ ਹੁੰਦੇ ਤੇ ਜਿੰਨਾ ਸਮਾਨ ਡੇਰੇ ਚ ਪਿਆ ਉਹਨੂੰ ਤੇ ਕੱਢੋ। ਜਿੱਦਾਂ ਰਾਜੇ ਪੁਰਾਣੇ ਫਸ ਜਾਂਦੇ ਸੀ ਤੇ ਆਪਣਾ ਖਜ਼ਾਨਾ ਨਾਲ ਲੈ ਕੇ ਤੁਰਦੇ ਹੁੰਦੇ ਸੀ, ਬਾਬੇ ਨੇ 800 ਗੱਡੀਆਂ ਦੇ ਉਸ ਕਾਫਲੇ ਦੇ ਵਿਚ ਲੋਕ ਥੋੜੇ ਲਿਆਂਦੇ ਆ ਤੇ ਸਮਾਨ ਵੱਧ ਲਿਆਂਦਾ ਤੇ ਉਹ ਸਮਾਨ ਲਿਆਉਣ ਵਾਲੇ ਡਰਾਈਵਰਾਂ ਨੂੰ ਹਦਾਇਤਾਂ ਸੀ ਕਿ ਇੱਥੋਂ ਲੈ ਕੇ ਚੱਲ ਜਾਓ, ਇਹ ਸਮਾਨ ਫਲਾਨੇ ਫਲਾਨੇ ਥਾਂ ਪਹੁੰਚਾ ਦੇਣਾ। ਉਹ ਗੱਡੀਆਂ ਗਈਆਂ ਕਿੱਥੇ ਅੱਜ ਤੱਕ ਨਹੀਂ ਲੱਭਦੀਆਂ ਪਈਆਂ ਜੀ। ਗੱਡੀਆਂ ਨੂੰ ਛੱਡੋ, ਬਾਬੇ ਦੇ ਨਾਲ ਇੱਕ ਗੁੱਡੀ ਵੀ ਹੁੰਦੀ ਸੀ, ਉਹ ਗੱਡੀਆਂ ਤੋਂ ਉਤਰ ਕੇ ਗੁੱਡੀ ਹੈਲੀਕਾਪਟਰ ਤੇ ਵੀ ਰੋਹਤਕ ਦੀ ਜੇਲ੍ਹ ਤੱਕ ਇਹਦੇ ਨਾਲ ਗਈ। ਜੇਲ੍ਹ ਦੇ ਸੁਪਰਡੈਂਟ ਨਾਲ ਬਾਬਾ ਇਸ ਗੱਲ ਤੇ ਲੜਿਆ ਕਿ ਰਾਤ ਵੀ ਮੇਰੇ ਕੋਲ ਅੰਦਰ ਕਮਰੇ ਚ ਰਹੂਗੀ ਤੇ ਉਹਨੇ ਆਖਿਆ ਕਿ ਜੇਲ੍ਹ ਦੇ ਨਿਯਮ ਇਸ ਗੱਲ ਦੀ ਪਰਮਿਸ਼ਨ ਨਹੀਂ ਦਿੰਦੇ ਕਿ ਤੂੰ ਅੰਦਰ ਰੱਖ ਲਿਆ ਨੂੰ, ਤੇ ਉਹਨੂੰ ਇੱਥੋਂ ਤੱਕ ਆਖਿਆ ਮੁੱਖ ਮੰਤਰੀ ਨੂੰ ਕਿਹਾ ਕਿ ਮੈਂ ਤੈਨੂੰ ਸਸਪੈਂਡ ਕਰਾ ਦੂੰ, ਤੇ ਉਹਨੇ ਆਖਿਆ ਜੋ ਕਰਾਉਣਾ ਕਰਾ ਦਿਓ, ਮੈਂ ਕਾਨੂੰਨ ਤੋਂ ਲੰਘਣ ਨਹੀਂ ਕਰ ਸਕਦਾ। ਉਹ ਕੁੜੀ ਉਥੋਂ ਤੱਕ ਤੇ ਗਈ। ਜਦੋਂ 3 ਦਿਨ ਬਾਅਦ ਬਾਬੇ ਦੀ ਪੇਸ਼ੀ ਸੀ ਉਦੋਂ ਕੁੜੀ ਉੱਥੇ ਗਈ ਨਹੀਂ, ਉਦੋਂ ਬਾਅਦ ਕੁੜੀ ਲੱਭਦੀ ਨਹੀਂ। ਜਿਹੜੇ ਥਾਂ ਤੇ ਕੁੜੀ ਨੇ ਪਹਿਲੀ ਰਾਤ ਕੱਟੀ ਉਸ ਥਾਂ ਦੇ ਨੇੜੇ ਨੇੜੇ ਅਗਲੇ ਦਿਨ ਸਵੇਰ ਤੱਕ ਕਿੰਨਾ ਕੁਝ ਇਤਰਾਜ਼ਯੋਗ ਸਮਾਨ ਪੁਲਿਸ ਨੂੰ ਮਿਲਿਆ। ਹੁਣ ਉਹ ਕੁੜੀ ਕਿੱਥੇ ਆ, ਕੀ ਕਰਦੀ ਪਈ ਹੈ? ਬਾਬੇ ਦੇ ਪਰਿਵਾਰ ਨੇ ਜੇਲ੍ਹ ਵਾਲਿਆਂ ਨੂੰ ਇੱਕ ਲਿਸਟ ਦਿੱਤੀ ਹੈ ਕਿ ਸਾਡੇ ਪਰਿਵਾਰ ਚੋਂ ਹਫ਼ਤੇ ਚ ਇੱਕ ਵਾਰੀ ਜਦੋਂ ਮਿਲਣ ਜਾਣਾ ਮੁਲਾਕਾਤ ਵਾਸਤੇ ਸਾਡੇ ਘਰ ਦੇ ਆ ਆ ਆ ਜੀ ਆ, ਤੇ ਜਿਹੜੀ ਬਾਬੇ ਦੀ ਮੂੰਹ ਬੋਲੀ ਧੀ ਹੈ। ਲੋਕੀ ਤਾਂ ਕਹਿੰਦੇ ਜੀ ਮੂੰਹ ਬੋਲੀ, ਅਸਲ ਚ ਮੂੰਹ ਬੋਲਣ ਵਾਸਤੇ ਆ, ਧੀ ਨੀ, ਅੱਗੋਂ ਕੀ ਹੈ ਕਿਸੇ ਨੂੰ ਪਤਾ ਹੀ ਨਹੀਂ।
ਧੀ ਤੇ ਕੀ ਦੇ ਮਾਮਲੇ ਚ ਉਲਝੇ ਪਏ ਸੀ ਤੇ ਹੁਣ ਤੱਕ ਗੱਲ ਨੀ ਖੁੱਲਦੀ। ਹੁਣ ਪਰਿਵਾਰ ਵਾਲਿਆਂ ਨੇ ਵੀ ਘਰ ਦੇ ਜਿਹੜੇ ਜੀਆਂ ਦੀ ਲਿਸਟ ਦਿੱਤੀ ਆ ਜੇਲ੍ਹ ਵਾਲਿਆਂ ਨੂੰ, ਸਾਡੇ ਵੱਲੋਂ ਆਹ ਮੁਲਾਕਾਤ ਕਰਨਗੇ। ਉਹਨੂੰ ਹੁਣ ਧੀ ਕਹਿ ਲੋ ਕੀ ਕਹਿ ਲੋ ਪਰ ਪਰਿਵਾਰ ਦਾ ਜੀ ਨਹੀਂ ਮਥੀ, ਉਹਦੇ ਵਿੱਚ ਉਹਦਾ ਨਾਂ ਨਹੀਂ ਪਾਇਆ ਗਿਆ। ਉਸ ਹਨੀਪ੍ਰੀਤ ਦਾ ਫਿਰ ਕੀ ਬਣਿਆ, ਕਿੱਥੇ ਚਲੀ ਗਈ? ਉਹ ਕਿਸੇ ਵੱਡੇ ਆਦਮੀ ਦੇ ਘਰ ਆ, ਕਿਸੇ ਵੱਡੇ ਅੱਡੇ ਤੇ ਆ, ਜਾਂ ਕਿਸੇ ਥਾਂ ਤੇ ਕੋਈ ਸਾਜਿਸ਼ ਨਵੀਂ ਬਣਦੀ ਪਈ ਆ। ਲੋਕਆਊਟ ਕਾਰਨਰ ਦਾ ਜਾਰੀ ਹੋ ਚੁੱਕਾ, ਇਸ ਕਰਕੇ ਦੇਸ਼ ਤੋਂ ਬਾਹਰ ਉਹ ਜਾ ਨਹੀਂ ਸਕਦੀ। ਤੇ ਫਿਰ ਬਣਿਆ ਉਹਦਾ ਕੀ ਆ? ਅਜੇ ਤੱਕ ਉਹਦਾ ਕੁਛ ਨੀ ਪਤਾ ਲੱਗਦਾ ਪਿਆ। ਬਾਬੇ ਦੀ ਪ੍ਰਾਪਰਟੀ ਬਾਰੇ ਵੀ ਸਾਰੀਆਂ ਰਿਪੋਰਟਾਂ ਸਾਹਮਣੇ ਨਹੀਂ ਆ ਰਹੀਆਂ। ਇਹ ਜਿਸ ਤਰ੍ਹਾਂ ਦਾ ਖਲਾਰਾ ਪੈ ਗਿਆ, ਦਿੱਲੀ ਤੱਕ ਉਹ ਸਾਰੇ ਦੇ ਸਾਰੇ ਮੁੱਖ ਮੰਤਰੀ ਦੀ ਪਿੱਠ ਤੇ ਤਾਂ ਆ ਸਕਦੇ ਆ ਕਿ ਅਸੀਂ ਮੁੱਖ ਮੰਤਰੀ ਨਹੀਂ ਬਦਲਣਾ। ਜਦੋਂ ਵਿਧਾਨ ਸਭਾ ਚ ਤੁਹਾਡੀ ਬਹੁਤ ਸੰਮਤੀ ਹੈ, ਤੁਹਾਨੂੰ ਬਦਲਣ ਦੀ ਲੋੜ ਵੀ ਕੀ ਹੈ? ਬਿਲਕੁਲ, ਬਹੁਤ ਸੰਮਤੀ ਦੇ ਜ਼ੋਰ ਨਾਲ ਤੁਸੀਂ ਸਰਕਾਰ ਚਲਾ ਸਕਦੇ ਜੇ, ਪਰ ਸਰਕਾਰ ਚਲਾਉਣਾ ਹੋਰ ਗੱਲ ਆ। ਲੋਕਾਂ ਦੇ ਮਨਾਂ ਚ ਜਿਹੜੇ ਵਿਚਾਰ ਪੈਦਾ ਹੋ ਗਏ ਆ, ਇਹ ਜਿਹੜਾ ਵਹਿਮ ਪੈਦਾ ਹੋ ਗਿਆ ਕਿ ਸਰਕਾਰ ਨੇ ਇੰਨੀ ਸ਼ਹਿ ਦਿੱਤੀ ਕਿ ਬਾਬੇ ਦੇ ਨਾਲ ਟਕੇ ਟਕੇ ਦੇ ਕਮਾਂਡੋ ਜਿਹੜੇ ਆ ਉਹ ਉੱਠ ਕੇ ਪੁਲਿਸ ਦਾ ਇੰਸਪੈਕਟਰ ਜਨਰਲ, ਜਨਰਲ ਲਾਉਣ ਦਾ ਮਤਲਬ ਇਹ ਆ ਕਿ ਪੁਲਿਸ ਦਾ ਜਨਰਲ ਹੁੰਦਾ ਉਹ ਜਿਹਦੇ ਮੋਢੇ ਤਾਰਿਆਂ ਨਾਲ ਭਰੇ ਪਏ ਹੁੰਦੇ, ਉਹਨੂੰ ਥੱਪੜ ਮਾਰਨ ਤੱਕ ਚੱਲ ਜਾਣ। ਇਹ ਸਾਰਾ ਕੁਝ ਜੋ ਕੀਤਾ ਗਿਆ, ਇਹਦੇ ਚ ਹਰਿਆਣੇ ਦੀ ਸਰਕਾਰ ਕਿਸੇ ਨਾ ਕਿਸੇ ਰੂਪ ਵਿਚ ਜਵਾਬਦੇਹ ਬਣਦੀ ਆ। ਉਹਨਾਂ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ, ਜਿਹੜੀ ਉਹ ਕਰ ਨਹੀਂ ਰਹੇ। ਅਜੇ ਅਗਲੇ ਕਈ ਦਿਨ ਦੀ ਚਰਚਾ ਚੱਲੇਗੀ, ਸ਼ੈਤਾਨ ਦੀ ਆਂਦਰ ਵਾਂਗ ਲੰਬੀ ਹੁੰਦੀ ਜਾਵੇਗੀ। ਖਿੱਦੋ ਚੋਂ ਲੀਰੋ ਪਤਾ ਨੀ ਕਿੰਨੀਆਂ ਕੁ ਨਿਕਲਦੀਆਂ ਤੇ ਨਿਕਲਣਗੀਆਂ ਵੀ ਰੰਗ ਬਿਰੰਗੀਆਂ, ਪਤਾ ਨੀ ਕਿੱਥੋਂ ਕਿੱਥੋਂ ਲਿਆ ਕੇ ਟੰਗੀਆਂ ਪਈਆਂ। ਸੋ ਤੁਹਾਨੂੰ